ਹਜ਼ਾਰ ਰੁਪਇਆ ਲਾਈ ਬੈਠੇ ਹਾਂ, ਇਹ ਨਹੀਂ ਚੱਲ ਰਿਹਾ ਜੀ। ਨਾਲੇ ਆਹ ਸਮਾਨ ਸਾਡਾ ਕਿੰਨਾ ਲੱਖ ਰੁਪਇਆ ਲਗਾ ਕੇ ਬਾਕੀ ਕਿਸੇ ਨਾਲ ਨੁਕਸਾਨ ਸਾਡਾ ਹੋਰ ਵੀ ਕਿੰਨਾ ਹੋ ਜਾਂਦਾ। ਕਿਸਾਨ ਸਾਹਿਬ ਕਹਿ ਦਿੰਦੇ ਆ, ਐਸਡੀਓ ਸਾਹਿਬ ਕਹਿ ਦਿੰਦੇ ਵੀ ਹਜੇ ਕੋਈ ਸਕੀਮ ਨਹੀਂ ਫੇਲਾ। ਲੀਡਰ ਸਾਰਿਆਂ ਕੋਲ ਜਾਇਆ ਜੀ, ਕੁਛ ਨਹੀਂ, ਕੋਈ ਬਾਤ ਨਹੀਂ। ਡੀਸੀ ਕੋਲ ਵੀ ਦੋ ਬਾਰਾਂ ਚਿੱਠੀਆਂ ਦੇ ਆਏ ਜੀ। ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਮਜਬੂਰੀ ਬਸ ਸੰਘਰਸ਼ ਕਰਾਂਗੇ ਨਾ ਉਸ ਕਿਸਾਨ ਦੀ ਮਹਿਕਮੇ ਨੇ ਸਾਰ ਲਈ। ਪਿੰਡ ਲਖਮੀਰਵਾਲਾ ਦੇ ਕਿਸਾਨ ਗੁਰਦੀਪ ਸਿੰਘ ਪੁੱਤਰ ਤੇਜਾ ਸਿੰਘ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹਨਾਂ ਵੱਲੋਂ 2017 ਵਿੱਚ ਆਪਣੇ ਖੇਤ ਡ੍ਰਿਪ ਸਿਸਟਮ ਲਗਾਇਆ ਸੀ, ਇਸ ਨੂੰ ਪਹਿਲ ਦੇ ਆਧਾਰ 'ਤੇ ਇੱਕ ਬਿਜਲੀ ਮੋਟਰ ਕਨੈਕਸ਼ਨ ਦੇਣਾ ਸੀ, ਪਰ 3 ਸਾਲ ਬੀਤਣ ਦੇ ਬਾਵਜੂਦ ਵੀ ਉਹਨਾਂ ਦੇ ਖੇਤ ਮੋਟਰ ਕਨੈਕਸ਼ਨ ਨਹੀਂ ਲਗਾਇਆ ਗਿਆ। ਕਿਸਾਨ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਦੇ ਕਹਿਣ 'ਤੇ ਉਹਨਾਂ 85,000 ਰੁਪਏ ਭਰ ਕੇ 3 ਏਕੜ ਜ਼ਮੀਨ ਵਿੱਚ ਡ੍ਰਿਪ ਸਿਸਟਮ ਲਗਾਇਆ ਸੀ। ਉਸ ਸਮੇਂ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਅਧਿਕਾਰੀਆਂ ਨੇ ਇਹ ਕਿਹਾ ਸੀ ਕਿ ਤੁਹਾਡੇ ਖੇਤ ਵਿੱਚ ਬਿਜਲੀ ਮੋਟਰ ਕਨੈਕਸ਼ਨ ਪਹਿਲ ਦੇ ਆਧਾਰ 'ਤੇ ਲਗਾਇਆ ਜਾਵੇਗਾ। ਉਹਨਾਂ ਮਹਿਕਮੇ ਦੀਆਂ ਹਦਾਇਤਾਂ ਦੇ ਮੁਤਾਬਕ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਅਤੇ ਆਪਣੇ ਵੱਲੋਂ 85,000 ਰੁਪਏ ਭਰ ਕੇ ਡ੍ਰਿਪ ਸਿਸਟਮ ਲਗਾਇਆ ਅਤੇ ਹੋਰ ਖਰਚਾਤ ਪਾ ਕੇ 1 ਲੱਖ ਰੁਪਏ ਤੋਂ ਜ਼ਿਆਦਾ ਉਹਨਾਂ ਦਾ ਖਰਚ ਹੋ ਚੁੱਕਿਆ। ਪੰਜਾਬ ਰਾਜ ਕਾਰਪੋਰੇਸ਼ਨ ਨੂੰ ਵੀ ਉਹਨਾਂ ਮੋਟਰ ਕਨੈਕਸ਼ਨ ਦੀ ਸਿਕਿਉਰਿਟੀ ਵੀ ਭਰੀ ਹੈ ਅਤੇ ਮਹਿਕਮੇ ਵੱਲੋਂ ਐਸਟੀਮੈਂਟ ਵੀ ਲਗਾਇਆ ਗਿਆ, ਪਰ 3 ਸਾਲ ਬੀਤਣ ਦੇ ਬਾਵਜੂਦ ਵੀ ਉਹਨਾਂ ਨੂੰ ਬਿਜਲੀ ਮੋਟਰ ਕਨੈਕਸ਼ਨ ਨਹੀਂ ਮਿਲਿਆ। ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਵੱਖ ਵੱਖ ਮਹਿਕਮਿਆਂ ਦੇ ਦਫ਼ਤਰਾਂ, SDM ਦਫ਼ਤਰ ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਚੱਕਰ ਲਗਾ ਕੇ ਅੱਕ ਚੁੱਕੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਵੀ ਉਹਨਾਂ ਦੇ ਕਨੈਕਸ਼ਨ ਨਹੀਂ ਲੱਗਦਾ ਤਾਂ ਉਹ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਆਹ ਦੇਖੋ ਜੀ, 85,000 ਰੁਪਇਆ ਲਾਈ ਬੈਠੇ ਹਾਂ, ਇਹ ਨਹੀਂ ਚੱਲ ਰਿਹਾ ਜੀ। ਨਾਲੇ ਆਹ ਸਮਾਨ ਸਾਡਾ ਕਿੰਨਾ 1 ਲੱਖ ਰੁਪਇਆ ਲਗਾ ਕੇ ਬਾਕੀ ਕਿਸੇ ਨਾਲ ਨੁਕਸਾਨ ਸਾਡਾ ਹੋਰ ਵੀ ਕਿੰਨਾ ਹੋ ਜਾਂਦਾ ਅਤੇ ਹਜੇ ਤੱਕ ਚੱਲ ਵੱਲ ਨਹੀਂ, ਸਾਡੇ ਕੋਲ ਕਾਗਜ਼ ਪੱਤਰ ਸਾਰੇ ਹੈ। ਅਤੇ ਹੁਣ ਜੇ ਇਹ ਮਹਿਕਮੇ ਵਾਲੇ ਨਹੀਂ ਲਾ ਰਹੇ ਹੁਣ ਵੀ, ਫਿਰ ਤੁਸੀਂ ਕੀ ਕਰੋਗੇ? ਫਿਰ ਅਸੀਂ ਧਰਨਾ ਲਾਵਾਂਗੇ ਜੀ, ਨਹੀਂ ਫਿਰ ਅਸੀਂ ਗਾਹਾਂ ਅੱਗੇ ਵਧਾਂਗੇ। ਅੱਛਾ, ਤੁਸੀਂ ਕਈ ਕਿੱਲਿਆਂ 'ਚ ਲਾ ਸੀ ਭਾਰਾ ਸਿਸਟਮ? 3 ਕਿੱਲਿਆਂ 'ਚ ਜੀ। 3 ਕਿੱਲਿਆਂ 'ਚ ਭਾਰਾ ਸਿਸਟਮ ਲਾਤਾ? ਹਾਂਜੀ, ਪਰ ਤੁਹਾਨੂੰ ਕਨੈਕਸ਼ਨ ਮਿਲੇ ਨਹੀਂ? ਨਹੀਂ ਮਿਲੇ ਜੀ। ਤੁਸੀਂ ਕਿਤੇ ਮਿਲੇ ਹੋ ਕਿਸੇ ਨੂੰ? ਸਾਰਿਆਂ ਨੂੰ ਜਾਇਆ ਜੀ, ਐਸਨ ਸਾਹਿਬ ਕਹਿ ਦਿੰਦੇ ਆ, ਐਸਡੀਓ ਸਾਹਿਬ ਕਹਿ ਦਿੰਦੇ ਵੀ ਹਜੇ ਕੋਈ ਸਕੀਮ ਨਹੀਂ ਫੇਲ ਲਾਵਾਂਗੇ। ਅੱਛਾ, ਉਦੋਂ ਤੁਹਾਨੂੰ ਕੀ ਕਹਿੰਦੇ ਵੀ ਕੀ ਹੋਊਗਾ? ਕਹਿੰਦੇ ਪਹਿਲ ਦੇ ਆਧਾਰ 'ਤੇ ਤੁਹਾਨੂੰ ਹੁਣੀ ਲਾਵਾਂ, ਤੁਰਤੀ ਲਾਵਾਂਗੇ। ਤੁਰਤੀ ਲਾਵਾਂਗੇ, ਤੁਹਾਡਾ ਖਰਚ ਕਰਵਾਤਾ ਫੇਰ ਲਾਇਆ ਹੈ? 3 ਸਾਲ ਹੋ ਗਏ। 3 ਸਾਲ ਹੋ ਗਏ। ਤੁਸੀਂ ਕਿਸੇ ਲੀਡਰ ਨੂੰ ਮਿਲੇ ਹੋ? ਲੀਡਰ ਨੂੰ ਸਾਰਿਆਂ ਕੋਲ ਜਾਇਆ ਜੀ, ਕੁਛ ਨਹੀਂ, ਕੋਈ ਬਾਤ ਨਹੀਂ ਪੁੱਛੀ ਲੀਡਰ। ਅਤੇ ਡੀਸੀ ਨੂੰ? ਡੀਸੀ ਕੋਲ ਵੀ 2 ਵਾਰਾਂ ਚਿੱਠੀਆਂ ਦੇ ਆਏ ਜੀ। ਤੁਹਾਨੂੰ ਕੋਈ ਕੁਛ ਨਹੀਂ ਪੁੱਛਿਆ? ਕੋਈ ਹੁਣ ਤੁਸੀਂ ਕੀ ਚਾਹੁੰਦੇ ਹੋ? ਹੁਣ ਅਸੀਂ ਕਹਿੰਦੇ ਵੀ ਇੰਨਾ ਸਾਡਾ ਖਰਚ ਹੋ ਗਿਆ ਜੀ, ਪਾਣੀ ਮਾੜਿਆਂ ਨੂੰ ਕਨੈਕਸ਼ਨ ਮਿਲਣਾ ਚਾਹੀਦਾ। ਇਸ ਸੰਬੰਧੀ ਭੂਮੀ ਅਤੇ ਜਲ ਵਿਭਾਗ ਦੇ ਬਲਾਕ ਅਫਸਰ ਆਸ਼ੀਸ਼ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਇਸ ਦੀ ਫਾਈਲ ਤਿਆਰ ਕਰਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂੰ ਭੇਜ ਦਿੱਤੀ ਸੀ। ਇਹ ਕਨੈਕਸ਼ਨ ਉਹਨਾਂ ਦੇ ਪਹਿਲੇ ਆਧਾਰ 'ਤੇ ਦੇਣਾ ਸੀ, ਪਰ ਪਤਾ ਨਹੀਂ ਕਿਸ ਗੱਲੋਂ ਇਹ ਕਨੈਕਸ਼ਨ ਨਹੀਂ ਲੱਗ ਸਕਿਆ। ਇਸ ਬਾਰੇ ਉਹ ਹੀ ਦੱਸ ਸਕਦੇ ਨੇ। ਜਦੋਂ ਇਸ ਸੰਬੰਧੀ ਪਾਵਰ ਰਾਜ ਪਾਵਰ ਕਾਰਪੋਰੇਸ਼ਨ ਦੇ SDO ਨਰਿੰਦਰ ਕੁਮਾਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਫਾਈਲ ਅਪਲਾਈ ਕਰਨ ਮੌਕੇ ਚੋਣ ਜਾਬਤਾ ਲੱਗ ਗਿਆ ਸੀ, ਜਿਸ ਕਰਕੇ ਕਨੈਕਸ਼ਨ ਨਹੀਂ ਲੱਗ ਸਕਿਆ। ਉਸ ਤੋਂ ਬਾਅਦ ਸਰਕਾਰ ਵੱਲੋਂ ਇਹ ਸਕੀਮ ਬੰਦ ਕਰ ਦਿੱਤੀ ਗਈ। ਜੇਕਰ ਸਰਕਾਰ ਫਿਰ ਤੋਂ ਇਹ ਸਕੀਮ ਲੈ ਕੇ ਆਉਂਦੀ ਹੈ ਤਾਂ ਪਹਿਲ ਦੇ ਆਧਾਰ 'ਤੇ ਕਨੈਕਸ਼ਨ ਲਗਾ ਦਿੱਤਾ ਜਾਵੇਗਾ। ਇੱਕ ਗੁਰਦੀਪ ਸਿੰਘ ਦਾ ਸੀ ਕੋਈ ਆਪਣਾ ਕਨੈਕਸ਼ਨ, ਕਿੱਥੋਂ ਦਾ ਸਰ? ਲਖਮੀਰ ਵਾਲੇ ਤੋਂ ਅਪਲਾਈ ਕੀਤਾ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟਾਰਮੂ ਅਤੇ ਉੱਤਮ ਸਿੰਘ ਰਾਮਾਨੰਦੀ ਦਾ ਕਹਿਣਾ ਹੈ ਕਿ ਜਦੋਂ ਕਿਸਾਨ ਵੱਲੋਂ ਬਣਦੀਆਂ ਪੂਰੀਆਂ ਸ਼ਰਤਾਂ ਪੂਰੀਆਂ ਕਰ ਦਿੱਤੀਆਂ ਗਈਆਂ ਸਨ ਤਾਂ ਮਹਿਕਮੇ ਅਤੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਸ 'ਤੇ ਪਹਿਲ ਦੇ ਆਧਾਰ 'ਤੇ ਕਨੈਕਸ਼ਨ ਲਗਾਇਆ ਜਾਵੇ। ਇੱਕ ਲਮਖੀਰ ਵਾਲੇ ਦਾ ਕਿਸਾਨ ਹੈ ਜੀ, ਉਸਨੇ ਭੂਮੀ
ਤੇ ਜਲ ਸੰਭਾਲ ਵਾਲਿਆਂ ਨੂੰ ਪੈਸੇ ਭਰੇ ਸੀਗੇ ਡ੍ਰਿਪ ਕਨੈਕਸ਼ਨ ਲੈਣ ਵਾਸਤੇ। ਜਿਹੜਾ ਹਜੇ ਤੱਕ ਜਲੀਲ ਹੁੰਦਾ ਫਿਰਦਾ ਉਹਨੇ ਪੈਸੇ ਲਾ ਕੇ ਡ੍ਰਿਪ ਵੀ ਆਪਦੇ ਵਾਹਨ ਦੇ ਵਿੱਚ ਵਸਾ ਲਿਆ, ਜੋ ਮਹਿਕਮੇ ਨੇ ਹਜੇ ਤਾਂ ਹੀ ਉਸਨੂੰ ਕਨੈਕਸ਼ਨ ਨਹੀਂ ਦਿੱਤਾ। ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਮਜਬੂਰੀ ਬਸ ਸੰਘਰਸ਼ ਕਰਾਂਗੇ ਨਾ ਉਸ ਕਿਸਾਨ ਦੀ ਮਹਿਕਮੇ ਨੇ ਸਾਰ ਲਈ। ਮਾਨਸਾ ਤੋਂ ਪੱਤਰਕਾਰ ਗੁਰਜੀਤ ਸਿੰਘ ਦੀ ਰਿਪੋਰਟ।